ਦੋਸਤੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸਾਨ ਵੀਰਾਂ ਨੂੰ ਉਹੀ ਦਿੱਕਤ ਹੈ ਜੋ ਪਹਿਲਾਂ ਝੋਨੇ ਦੀ ਪਨੀਰੀ ਵਿੱਚ ਆਉਂਦੀ ਹੈ ਮੈਂ ਪਿਛਲੀ ਵੀਡੀਓ ਵਿੱਚ ਵੀ ਸਾਰਾ ਐਕਸਪਲੇਨ ਕੀਤਾ ਸੀ ਕਿ ਕਿਵੇਂ ਪੀਲਾਪਨ ਦੂਰ ਕਰ ਸਕਦੇ ਆ ਪਰ ਹਜੇ ਵੀ ਕਿਸਾਨ ਵੀਰਾਂ ਦੇ ਮਨ ਵਿੱਚ ਇਹੀ ਸਵਾਲ ਹੈ ਜੀ ਪਨੀਰੀ ਬੀਜੀ ਨੂੰ 10 ਦਿਨ ਹੋ ਗਏ ਜਾਂ 15 ਦਿਨ ਹੋ ਗਏ ਪਨੀਰੀ ਪੀਲੀ ਪੈ ਰਹੀ ਹੈ ਪਾ ਵੀ ਸਾਰਾ ਕੁਝ ਚੁੱਕੇ ਆ ਤੇ ਕਈ ਵੀਰ ਜਿਆਦਾ ਮਾਤਰਾ ਵਿੱਚ ਵੀ ਖਾਦਾਂ ਪਾ ਦਿੰਦੇ ਤਾਂ ਫਿਰ ਵੀ ਉਹਨਾਂ ਦੀ ਪਨੀਰੀ ਸਹੀ ਨਹੀਂ ਹੁੰਦੀ ਸਾਰੀ ਗੱਲ ਇਸ ਵੀਡੀਓ ਵਿੱਚ ਕਰਦੇ ਆਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਜਿੰਨਾ ਵੀਰਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਫੋਨ ਤੱਕ ਪਹੁੰਚ ਸਕੇ ਦੋਸਤੋ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਥੱਲੇ ਕਮੈਂਟ ਕਰ ਸਕਦੇ ਹੋ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕਿਸਾਨ ਵੀਰ ਪਾਤਾ ਬਹੁਤ ਕੁਝ ਦਿੰਦੇ ਆ ਪਰ ਪਨੀਰੀ ਫਿਰ ਪੀਲੀ ਰਹਿੰਦੀ ਹੈ ਆਪਾਂ ਨੂੰ ਥੋੜਾ ਧਿਆਨ ਦੇਣਾ ਪੈਣਾ ਹੈ ਕਈ ਚੀਜ਼ਾਂ ਵੱਲ ਆਪਾਂ ਹਜੇ ਵੀ ਪੁਰਾਣੇ ਤਰੀਕਿਆਂ ਵਾਂਗੂ ਪਨੀਰੀ ਪੀਲੀ ਹੋਈ ਹੈ ਜੀ ਪਾ ਦੋ ਯੂਰੀਆ ਦੋਸਤੋ ਐਵੇਂ ਨਹੀਂ ਹੁੰਦਾ ਆਪਾਂ ਨੂੰ ਕੁਝ ਨਿਊਟ੍ਰੀਐਂਟ ਦੀਆਂ ਘਾਟਾਂ ਦੇ ਨਿਸ਼ਾਨਾਂ ਦੀ ਪਹਿਚਾਣ ਕਰਨੀ ਪੈਣੀ ਹੈ ਤਾਂ ਜੋ ਆਪਾਂ ਸਹੀ ਤੱਤ ਪਨੀਰੀ ਨੂੰ ਦੇ ਸਕੀਏ ਜੋ ਉਹਨੂੰ ਚਾਹੀਦਾ ਹੁੰਦਾ ਦੋਸਤੋ ਜਿਵੇਂ ਉੱਪਰਲੇ ਸਾਰੇ ਪੱਤੇ ਪੀਲੇ ਪੈਂਦੇ ਆ ਤਾਂ ਲੋਹੇ ਦੀ ਘਾਟ ਹੁੰਦੀ ਹੈ ਜਿਵੇਂ ਵਿੱਚੋਂ ਹੌਲੀ-ਹੌਲੀ ਚਿੱਟਾ ਜਿਹਾ ਪਤਾਂ ਨਿਕਲਣ ਲੱਗ ਜਾਂਦਾ ਬਾਅਦ ਵਿੱਚ ਤੇ ਜੇ ਜ਼ਿੰਕ ਦੀ ਘਾਟ ਹੁੰਦੀ ਹੈ ਪੱਤੇ ਜਿਗਾਲੇ ਜੇ ਹੋ ਜਾਂਦੇ ਆ ਉੱਤੇ ਛੋਟੇ-ਛੋਟੇ ਦਾਗ ਜਿਹਾ ਬਣ ਜਾਂਦੇ ਆ ਉਹਦੇ ਕਈ ਵਾਰ ਸਲਫਰ ਦੀ ਘਾਟ ਵੀ ਆ ਜਾਂਦੀ ਹੈ ਉਹਦੇ ਨਾਲ ਵੀ ਪਨੀਰੀ ਤੇ ਪੀਲਾਪਣ ਆਉਂਦਾ ਹੈ ਤੇ ਯੂਰੀਆ ਦੀ ਘਾਟ ਕਰਕੇ ਵੀ ਥੋੜੇ ਹਾਈਟਲੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਦੋਸਤੋ ਕਈ ਵਾਰ ਆਪਣੀ ਪਨੀਰੀ ਜਦੋਂ ਬਿਲਕੁਲ ਛੋਟੀ ਹੁੰਦੀ ਆ ਤਾਂ ਆਪਾਂ ਤਤਾਂ ਦੀ ਘਾਟ ਨੂੰ ਪਹਿਚਾਣ ਵੀ ਨਹੀਂ ਸਕਦੇ ਇਹ ਵੀ ਇੱਕ ਵੱਡੀ ਦਿੱਕਤ ਹੈ ਕਿਸਾਨ ਵੀਰੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਪਨੀਰੀ ਚੰਗੀ ਜ਼ਮੀਨ ਵਿੱਚ ਹਿਲ ਬੀਜਨ ਦੀ ਕੋਸ਼ਿਸ਼ ਕਰਿਆ ਕਰੋ ਜੇ ਲੋਹੇ ਦੀ ਘਾਟ ਆਉਂਦੀ ਆ ਤਾਂ 3 ਗ੍ਰਾਮ ਫੈਰਸਲਫੇਟ 1 ਲੀਟਰ ਪਾਣੀ ਵਿੱਚ ਸਪਰੇਅ ਕਰ ਸਕਦੇ ਹੋ ਜੇ ਜ਼ਿੰਕ ਦੀ ਘਾਟ ਆਵੇ ਤਾਂ 21% ਵਾਲੀ ਜ਼ਿੰਕ ਜਿਹੜੀ ਹੁੰਦੀ ਹੈ 5 ਗ੍ਰਾਮ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਤੁਸੀਂ ਸਪਰੇਅ ਕਰ ਸਕਦੇ ਹੋ ਤੇ ਜੇ ਨਾਈਟ੍ਰੋਜਨ ਦੀ ਘਾਟ ਹੋਵੇ ਤਾਂ 3 ਤੋਂ 4 ਕਿਲੋ ਯੂਰੀਆ ਇੱਕ ਕਨਾਲ ਦੇ ਵਿੱਚ ਪਾ ਸਕਦੇ ਆ ਆਪਾਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿੱਥੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਚੀਜ਼ ਦੀ ਘਾਟ ਕਿਉਂਕਿ 2 ਤੋਂ 3 ਪੱਤੇ ਹੁੰਦੇ ਆ ਤਾਂ ਘਾਟ ਦਾ ਪਤਾ ਕਰਨਾ ਥੋੜਾ ਔਖਾ ਹੋ ਜਾਂਦਾ ਦੋਸਤੋ ਤੁਸੀਂ ਉਸ ਵੇਲੇ 3 ਤੋਂ 4 ਕਿਲੋ ਯੂਰੀਆ ਇੱਕ ਕਨਾਲ ਵਿੱਚ ਪਰ ਖਿਆਲ ਰੱਖਿਓ ਜਦੋਂ ਆਪਾਂ ਪਾਣੀ ਲਾਉਨੇ ਆ ਪਾਣੀ ਲੱਗਣ ਤੋਂ ਬਾਅਦ ਸੁੱਕ ਜਾਂਦਾ ਤੇ ਆਪਾਂ ਉਦੋਂ ਯੂਰੀਆ ਪਾਉਣੀ ਆ ਤੇ ਫਿਰ ਤੁਸੀਂ ਇੱਕ ਦੋ ਦਿਨ ਬਾਅਦ ਜਿੰਕ ਤੇ ਫਿਰ ਲੋਹੇ ਦੀ ਸਪਰੇਅ ਕਰ ਸਕਦੇ ਹੋ ਦੋਸਤੋ ਪਨੀਰੀ ਛੋਟੀ ਹੁੰਦੀ ਆ ਤਾਂ ਇੱਕ ਇੱਕ ਤੱਤ ਦੀ ਸਪਰੇਅ ਹੀ ਕਰਿਆ ਕਰੋ ਕਿਉਂਕਿ ਪਨੀਰੀ ਨੂੰ ਨਿਊਟ੍ਰੀਐਂਟ ਅਬਜ਼ੌਰਬ ਵੀ ਕਰਨੇ ਹੁੰਦੇ ਆ ਤਾਂ ਉਸ ਕਰਕੇ ਪਨੀਰੀ ਛੋਟੀ ਹੋਣ ਤੇ ਕੱਲੇ ਕੱਲੇ ਤੱਤ ਦੀ ਸਪਰੇਅ ਕਰੋਗੇ ਤਾਂ ਵਧੀਆ ਰਿਜ਼ਲਟ ਮਿਲਣਗੇ ਇੱਕ ਚੀਜ਼ ਹੋਰ ਕਈ ਵਾਰ ਪਨੀਰੀ ਇੱਕ ਥਾਂ ਤੇ ਖੜ ਜਾਂਦੀ ਹੈ ਪੀਲੀ ਜੀ ਹੋ ਕੇ ਉਦੋਂ ਬੂਟਾ ਪੱਟ ਕੇ ਜੜ ਵੀ ਦੇਖ ਲਿਆ ਕਰੋ ਜੜ ਚ ਜੜ ਚ ਗੰਡਾ ਵੀ ਬਣ ਜਾਂਦੀਆਂ ਛੋਟੀਆਂ ਛੋਟੀਆਂ ਗੰਡਾ ਜਿਵੇਂ ਆਪਣਾ ਬਿਲਕੁਲ ਬਰੀਕ ਜਿਹਾ ਬਰਸੀਮ ਦਾ ਦਾਣਾ ਹੁੰਦਾ ਜਾਂ ਸਰੋਂ ਦਾ ਦਾਣਾ ਕਹਿ ਲਈਏ ਆਪਾਂ ਤਾਂ ਉਹ ਨੈਮਟੋਡ ਦੀ ਦਿੱਕਤ ਹੁੰਦੀ ਹੈ ਤਾਂ ਉਦੋਂ ਤੁਸੀਂ ਕਾਰਬੋਫਿਉਰਾਨ 1 ਕਿਲੋ ਪਰ ਕਨਾਲ ਦੀ ਪਾ ਸਕਦੇ ਹੋ ਤਾਂ ਉਸ ਨਾਲ ਇਹ ਤੁਸੀਂ ਕੰਟਰੋਲ ਕਰ ਸਕਦੇ ਹੋ ਕਿਸਾਨ ਵੀਰੋ ਜਿੱਥੇ ਲੋਹੇ ਦੀ ਘਾਟ ਆਉਂਦੀ ਹੈ ਪਹਿਲਾਂ ਪਾਣੀ ਨਾਲ ਪਨੀਰੀ ਨੂੰ ਭਰ ਕੇ ਫਿਰ ਉੱਤੇ ਲੋਹੇ ਦੀ ਸਪਰੇਅ ਕਰ ਸਕਦੇ ਹਾਂ ਜੇਕਰ ਤੁਸੀਂ ਲੋਹੇ ਤੇ ਜ਼ਿੰਕ ਦੀ ਇਕੱਠੀ ਸਪਰੇਅ ਕਰਨਾ ਚਾਹੁੰਦੇ ਹੋ ਤਾਂ ਚੰਗਾ ਰਿਜ਼ਲਟ ਲੈਣ ਲਈ ਦੋਨਾਂ ਦਾ ਘੋਲ ਵੱਖੋ-ਵੱਖੀ ਤਿਆਰ ਕਰੋ ਤਾਂ ਜੋ ਤੁਹਾਨੂੰ ਵਧੀਆ ਰਿਜ਼ਲਟ ਮਿਲ ਸਕੇ ਉਮੀਦ ਕਰਦਿਆਂ ਦੋਸਤੋ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਵੇਗੀ ਦਿੱਤੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਹਰ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਫੋਨ ਤੱਕ ਪਹੁੰਚ ਸਕੇ ਧੰਨਵਾਦ